ਗੱਡੀ ਵਿੱਚ ਬੰਦੇ ਉਹਦੇ 6 ਬੈਂਦੇ ਆ ਤੇ 12 ਹੁੰਦੇ ਅਸਲੀ ਤੇ ਅਰਸ਼ ਰਾਏ ਦੇ ਪ੍ਰਿਤਪਾਲ ਸਿੱਧੂ ਜੀ ਦਾ ਬਹੁਤ ਬੜਾ ਧੰਨਵਾਦ ਹੈ ਜੇ ਸਾਡੇ ਦਰਬਾਰ ਜਿੱਤੇ ਤੌਰ ਤੇ ਪੁੱਜੇ ਆ ਅੱਜ ਦੇ ਟੂਰਨਾਮੈਂਟ ਦੇ ਲਈ ਵੱਡਾ ਮਾਣ ਦੇ ਸਹਿਯੋਗ ਦਿੱਤਾ ਇਹਨਾਂ ਵੀਰਾਂ ਨੇ ਕਿਉਂਕਿ ਐਨਆਰਆਈ ਵੀਰਾਂ ਦੇ ਪਿੰਡ ਦੇ ਇੱਕ ਬਹੁਤ ਵੱਡ ਸੱਜਣਾ ਦੇ ਨਾਲ ਹੀ ਜਿਹੜਾ ਕਹਿੰਦੇ ਟੂਰਨਾਮੈਂਟ ਸੰਪੰਨ ਹੁੰਦਾ ਹੈ ਬਹੁਤ ਬੜਾ ਧੰਨਵਾਦ ਹੈ ਅਰਸ਼ ਰਾਏ ਦੇ ਪ੍ਰਿਤਪਾਲ ਸਿੱਧੂ ਜੀ ਘੰਟਾ ਕੁ ਹਾਜ਼ਰੀ ਲਵਾਉਣ ਤੋਂ ਬਾਅਦ ਹੁਣ ਆਪਾਂ ਜਾ ਰਹੇ ਹਾਂ ਘਰ ਵੱਲ ਨੂੰ ਮਿੱਤਰੋ ਇਹ ਵੀਡੀਓ ਨਹੀਂ ਮੈਂ ਕਰਦਾ ਹੁਣ ਤੁਸੀਂ ਬੁਲਟ ਦੀ ਆਵਾਜ਼ ਸੁਣੋ ਆਨੰਦ ਨਾਲ ਤੇ ਜੇ ਨਹੀਂ ਆਵਾਜ਼ ਸੁਣਨੀ ਤਾਂ ਦੋ ਵਾਰੀ ਕਲਿੱਕ ਕਰ ਦਿਓ ਸਕਰੀਨ ਤੇ 10 ਸਕਿੰਟ ਵੀਡੀਓ ਗਾਂ ਜਾ ਵੜੂਗੀ डू यू लाइक दिस साउंड आई एम लाइक दिस साउंड रील बनाएंगा फिर इंस्टा ते पाएंगा चला अपना छोटा भरा रहा सी तां करके मैनू हार दा सामना करना पिया ਟੋਪੋ ਟੋਪ ਹੋਏ ਪਈਆਂ ਰੇਸੋ ਰੇਸੀ ਹੋਏ ਪਈਆਂ ਹੁਣ ਆ ਗਈ ਮਿੱਤਰੋ ਆਪਾਂ ਸਟੂਡੀਓ ਚ ਅੱਜ ਲਾਏ ਕਲੀਆਂ ਕੁਲੀਆਂ ਕਲੀਆਂ ਬੋਤਲ ਪੁਰਛ ਤੇ ਉਹ ਸੱਤ ਪੱਤਰੀ मतलब थोड़े जे आए डिस्टेंस बाला नहीं जो वधे ते आए बराबर बराबर हो जाएंगे बाले आए नहीं लगते भी जिवें खुले खुले जे लाए होंगे अज यानी मैं 280 बूटे लाते अच्छा अकाउंटिंग भी कल्ले ने 280 कल्ले ने हाँ कल्ले ने टोए पट्टे भरावा नहीं नहीं आ वेला छाले हो गए नहीं नहीं बहुत बहुत बढ़िया इहदा जे पहला काम कूम नर्मा नुम्मा पड़दे करके बचे तो रहेगी नहीं तो हाथ मुड़ने नहीं सी ਬੋਲਣਗੇ ਹੋਰ ਤਿੰਨਾਂ ਚਾਰਾਂ ਮਹੀਨਿਆਂ ਨੂੰ ਕਰ ਦੇਣਗੇ ਗੁਰੂ ਵੱਧ ਟਾਈਮ ਲੱਗੂ
ਮਹੀਨੇ ਚ ਤਾਂ ਗਰੋਥ ਕਰ ਜਾਣੀ ਆ ਵੇਲਾ ਪਾਣੀ ਲਾਇਆ ਵੇਲਾ ਡੰਡੇ ਨੂੰ ਫੜਿਆ ਮਤਲਬ ਤਿੰਨਾਂ ਮਹੀਨੇ ਚ ਤਾਂ ਫਿਰ ਬੋਲਣਗੇ ਵੀ ਆਹ ਥਾਂ ਘੇਰ ਲਿਆ ਪੂਰਾ ਪਤਾ ਲਾ ਦਾਂਗੇ ਬੋਲਣਾ ਆਪਾਂ ਕਾਹਦੇ ਵਾਸਤੇ ਆ ਬੋਲਣ ਵਾਸਤੇ ਲਾਉਣਾ ਹੈ ਗੱਲ ਕਹਿੰਦਾ ਸੀ ਹੈ ਠੀਕ ਗੱਲਬਾਤ ਕਿਉਂਕਿ ਇਹਨੇ 10 ਮਿੰਟ ਆਏ ਨਹੀਂ ਵੈਸਟ ਕੀਤੇ ਉਦੋਂ ਸਖਣ ਨੂੰ ਬਹੁਤ ਕੁਝ ਮਿਲਦਾ ਡੇਟੂ ਹਨ ਜੇ ਆਪਾਂ ਗੱਲ ਕਰੀਏ ਸਰ ਪਾਟੀ ਹੈ ਨਾ ਭਾਈ ਸਰ ਬਾਟ ਨੂੰ ਮਾਰ ਦਿਓ ਕਿਵੇਂ ਯਾਰ ਸਰਾਜ ਵਧੀਆ ਬਾਈ ਵਧੀਆ ਵਧੀਆ ਫੋਟੋ ਕਰਾਉਣੀ ਹੈ ਫੋਟੋ ਖਿੱਚੀ ਮੇਰੇ ਨਾਲ ਬਾਈ ਪੈਣੀ ਆ ਜਾ ਪੈਣੀ ਕਿਤੇ ਨਾ ਉਹ ਆਇਆ ਮੈਂ ਨਹੀਂ ਉਹ ਯਾਰ ਆ ਜਾ ਅੱਛਾ हां किते अलमारी कह देंदा इने धुआं ही धुआं करता हुण सारी किते सफिकेशन हो गई सारी कोठी च आप सा मिस्त्री दा मुंह देखो सिहाई बड़े आ लाओ जी दो वारी वेखो करी क्यों वेखना लाओ जी दो वारी वेखो करी क्यों वेखना आवे इधर हां बखाया इहदा अपने बहुत सोहना बनया यार आ ता बहुत तकड़ी कलाकारी कीती आ साडी मिस्त्री की सुखा सिंह पिंड बंदर डूड हां बहुत तकड़ी कलाकारी कीती है आहो फटियां ला ला तैयार कीती है मेज दो पूंजे नहीं पूंजे करके थोड़े घट साफ लगदे आ ते बहुत वधिया सुखी मिस्त्री ने तैयार कीती है दो टेबल ये ਇਹ ਪੂਰੇ ਮਤਲਬ ਬਾਲਿਆਂ ਫੱਟੀਆਂ ਦੇ ਘਰ ਦੀਆਂ ਦੀ ਉਹਨਾਂ ਦੇ ਤਿਆਰ ਹੋਏ ਵੀ ਹੈ ਦੋਸਤੋ ਜੋ ਮੈਸਤਰੀ ਵਾਲੀ ਕਲਿੱਪ ਸੀਗੀ ਉਹ ਮੈਂ ਅੱਜ ਬਣਾਈ ਸੀਗੀ ਤੇ ਜਿਹੜਾ ਬਾਕੀ ਆਰਓ ਤੇ ਗਿਆ ਮੈਂ ਉਹ ਵਲੌਗ ਤੇ ਬੁਲਟ ਵਾਲਾ ਵਲੌਗ ਉਹ ਸੀਗਾ ਕੱਲ ਦਾ ਵਲੌਗ ਕਿਉਂਕਿ ਉਹ ਵਲੌਗ ਪੂਰਾ ਨਹੀਂ ਹੋਇਆ ਸੀਗਾ ਇਸੇ ਕਰਕੇ ਮੈਂ ਅੱਜ ਵਾਲੀਆਂ ਕਲਿੱਪਾਂ ਵਿੱਚ ਜੋੜੂੰਗਾ ਸੌ ਦੇਖਣ ਦੀ ਕਿਰਪਾਲਤਾ ਕਰਨੀ ਝੋਨਾ ਆ ਜੋ ਹੋਰ ਮਹੀਨੇ ਕੁ ਨੂੰ ਪੱਕ ਜੂਗਾ ਹੁਣ ਦੇਖੋ ਤੁਸੀਂ ਸਾਰਾ ਮਤਲਬ ਪੰਜਾਬ ਦਾ ਰੰਗ ਢੰਗ ਆ ਜੋ ਹਰਾ ਹਰਾ ਦਿਖ ਰਿਹਾ ਤੇ ਜਦੋਂ ਪੂਰਾ ਪੱਕਣ ਤੇ ਆ ਗਿਆ ਜਾਂ ਪੱਕ ਗਿਆ ਹੋਰ ਮਹੀਨੇ ਨੂੰ ਤਾਂ ਇਹ ਸਾਰਾ ਮਤਲਬ ਯੈਲੋ ਕਲਰ ਦੇ ਵਿੱਚ ਤਬਦੀਲ ਹੋ ਜੂਗਾ ਸੁਨਹਿਰੀ ਧਰਤੀ ਆ ਪੰਜਾਬ ਯਾਰ ਹਰੇ ਬਾਈ ਵੇਖੋ ਕਿੰਨੀ ਦੂਰ ਤੱਕ ਦੀ ਨੀ ਯਾਰ ਆਹ ਫੋਨ 'ਤੇ ਵਾਈਫਾਈ ਕਰਨਾ ਕਨੈਕਟ ਵਾਈ ਫਾਈ ਕਨੈਕਟ ਕਿਉਂ ਨਹੀਂ ਹੁੰਦਾ ਕੀ ਚੱਕਰ ਆ ਮੀਡੀਆ ਪਲੱਸ ਹੋ ਜਾ ਕਨੈਕਟ ਯਾਰ ਪਤਾ ਨਹੀਂ ਕੀ ਵੈਰ ਆ ਯਾਰ ਇਹ ਫੋਨ ਮਿੱਤਰੋ ਹੁਣ ਵੱਜ ਗਏ ਰਾਤ ਦੇ 9 ਅਤੇ ਆਪਾਂ ਸ਼ਹਿਰ ਸ਼ੁਰੂ ਕਰਕੇ ਆ ਗਏ ਸੀ ਘਰੇ ਅਤੇ ਅੱਜ ਦੇ ਵਲੌਗ ਦੀ ਆਪਾਂ ਇੱਥੇ ਕਰਦੇ ਹਾਂ ਸਮਾਪਤੀ ਆਹ ਐਂ ਲੱਗਦੀਆਂ ਨੇ ਜਿਵੇਂ ਬਹੁਤ ਸਾਲਾਂ ਵਾਲੀਆਂ ਲਾਈਟਾਂ ਹੁੰਦੀਆਂ ਨੀਲੀ ਅਤੇ ਇੱਕ ਉਹ ਹੁੰਦੀ ਹੈ ਕਿਹੜੀ ਇੱਕ ਵਿੱਚ ਖੱਟੀ ਹੁੰਦੀ ਹੈ ਅਤੇ ਇੱਕ ਲਾਲ ਹੁੰਦੀ ਹੈ ਨਾ ਚੰਦ ਚਾਨਣੀ ਰਾਤ ਮਹਿਰਮ ਸੋ ਮਿੱਤਰੋ ਅੱਜ ਦੇ ਵਲੌਗ ਦੀ ਆਪਾਂ ਇੱਥੇ ਹੀ ਕਰਦੇ ਹਾਂ ਸਮਾਪਤੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਤੇ ਘੰਟੀ ਦਾ ਬਟਨ ਆ ਜਿਹੜਾ ਉਹ ਪ੍ਰੈੱਸ ਕਰ ਲਓ